ਪੰਜਾਬੀ ਐਚ ਡੀ ਕੁਆਲਿਟੀਜ਼ ਵੀਡੀਓ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਦੇ ਬੈੱਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ ਤਾਂ ਕਿ ਤੁਰੰਤ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕਣ। ਆਰ ਬੀ ਪੰਜਾਬੀ ਫਨ ਚੈਨਲ ਦੇਖ ਰਹੇ ਸਾਰੇ ਦਰਸ਼ਕ ਆਪਣੇ ਛੋਟੇ ਵੀਰ ਰਜਿੰਦਰ ਬਰਾੜ ਦੀ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਕਬੂਲ ਕਰੋ। ਦੋਸਤੋ, ਅੱਜ ਅਸੀਂ ਤੁਹਾਡੇ ਨਾਲ ਜਿਹੜੇ ਸਿੰਗਰ ਦੀ ਗੱਲਬਾਤ ਕਰਾਂਗੇ ਉਹਨਾਂ ਨੂੰ ਆਪਾਂ ਸਦਾਬਹਾਰ ਪੰਜਾਬੀ ਸਿੰਗਰ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਨੇ ਹਰ ਸਮੇਂ ਦੇ ਵਿੱਚ ਹਰ ਤਰ੍ਹਾਂ ਦੀ ਗਾਇਕੀ ਦੇ ਵਿੱਚ ਆਪਣੀ ਸਥਿਰਤਾ ਬਣਾਈ ਰੱਖੀ। ਦੋਸਤੋ, ਉਹਨਾਂ ਨੇ ਪੰਜਾਬੀ ਸਿਨੇਮੇ ਨੂੰ ਇੱਕ ਨਵਾਂ ਜਨਮ ਦਿੱਤਾ। ਜਦੋਂ ਉਹਨਾਂ ਦੇ ਸਿੰਗਿੰਗ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਸਿੰਗਿੰਗ ਦੀ ਸ਼ੁਰੂਆਤ ਪਹਿਲੇ ਸੌਂਗ ਤੋਂ ਹੀ ਬਿਹਤਰੀਨ ਰਹੀ। ਉਹਨਾਂ ਦਾ ਸੌਂਗ 1992 ਦੇ ਵਿੱਚ ਚਿੱਠੀ ਨਹੀਂ ਚਿੱਠੀ ਆਇਆ, ਪਹਿਲੇ ਸੌਂਗ ਤੋਂ ਹੀ ਦਰਸ਼ਕਾਂ ਨੇ ਉਹਨਾਂ ਨੂੰ ਮਣਾ ਮੂਹਾਂ ਪਿਆਰ ਦਿੱਤਾ ਅਤੇ ਉਹ ਪਿਆਰ ਅੱਜ ਤੱਕ ਦਰਸ਼ਕਾਂ ਦਾ ਉਸੇ ਤਰ੍ਹਾਂ ਉਹਨਾਂ ਦੇ ਲਈ ਜਾਰੀ ਆ। ਸੋ ਦੋਸਤੋ, ਤੁਸੀਂ ਸਮਝ ਚੁੱਕੇ ਹੋਵੋਗੇ ਕਿ ਅੱਜ ਆਪਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਜਾਨ ਹਰਭਜਨ ਮਾਨ ਸਾਹਿਬ ਦੀ ਗੱਲ ਕਰਾਂਗੇ। ਵੀਡੀਓ ਦੀ ਫਰਮਾਇਸ਼ ਸਾਨੂੰ ਜਿਹੜੇ ਵੀਰ ਨੇ ਕੀਤੀ ਸੀ ਬਹੁਤ ਬਹੁਤ ਥੈਂਕਸ ਕਰਨਾ ਚਾਹੂੰਗਾ, ਕਿਉਂਕਿ ਆਪਾਂ ਨੂੰ ਉਹਨਾਂ ਨੇ ਇੱਕ ਬਿਹਤਰੀਨ ਸਿੰਗਰ ਬਾਰੇ ਗੱਲਬਾਤ ਕਰਨ ਦਾ ਇੱਕ ਜ਼ਰੀਆ ਦਿਖਾਇਆ। ਉਹਨਾਂ ਦਾ ਨਾਮ ਹੈ ਜਸਪ੍ਰੀਤ ਸਿੰਘ। ਥੈਂਕ ਯੂ ਸੋ ਮੱਚ ਬ੍ਰਦਰ, ਤੁਸੀਂ ਸਾਨੂੰ ਇੰਨੇ ਵਧੀਆ ਸਿੰਗਰ ਦੀ ਬਾਰੇ ਗੱਲਬਾਤ ਕਰਨ ਦੇ ਲਈ ਕਿਹਾ। ਦੋਸਤੋ, ਜੇਕਰ ਤੁਹਾਡੇ ਵੀ ਕੋਈ ਫਰਮਾਇਸ਼ ਹੁੰਦੀ ਹੈ ਜਾਂ ਤੁਸੀਂ ਕਿਸੇ ਸਿੰਗਰ ਦੀ ਬਾਇਓਗ੍ਰਾਫੀ ਦੇਖਣੀ ਚਾਹੁੰਦੇ ਹੁੰਦੇ ਹਾਂ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਦੱਸਦੇ ਰਿਹਾ ਕਰੋ। ਇਸ ਤੋਂ ਇਲਾਵਾ ਦੋਸਤੋ, ਤੁਸੀਂ ਆਪਣੇ ਚੈਨਲ ਨੂੰ ਸਭ ਸਬਸਕ੍ਰਾਈਬ ਜ਼ਰੂਰ ਕਰ ਲਓ। ਸੋ ਦੋਸਤੋ, ਥੋੜ੍ਹਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਮਾਨ ਸਾਹਿਬ ਦੀ ਲਾਈਫ ਦੇ ਉੱਪਰ, ਉਹਨਾਂ ਦੀ ਫੈਮਿਲੀ ਦੇ ਉੱਪਰ ਇੱਕ ਝਾਤ ਜ਼ਰੂਰ ਮਾਰ ਲੈਂਦੇ ਹਾਂ। ਪਿਤਾ ਹਰਨੇਕ ਸਿੰਘ ਮਾਨ ਅਤੇ ਮਾਤਾ ਦਲੀਪ ਕੌਰ ਦੇ ਘਰ ਹਰਭਜਨ ਮਾਨ ਦਾ ਜਨਮ 30 ਦਸੰਬਰ 1965 ਨੂੰ ਹੋਇਆ। ਹਰਭਜਨ ਮਾਨ ਦੇ ਵਿੱਚ ਬਚਪਨ ਤੋਂ ਹੀ ਸਿੰਗਿੰਗ ਦਾ ਬਹੁਤ ਜ਼ਿਆਦਾ ਟੈਲੈਂਟ ਸੀ। ਉਹਨਾਂ ਦਾ ਛੋਟਾ ਭਰਾ ਗੁਰਸੇਵਕ ਮਾਨ ਵੀ ਸਿੰਗਿੰਗ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਰੱਖਦਾ ਸੀ। ਇਸ ਲਈ ਦੋਵਾਂ ਭਰਾਵਾਂ ਨੇ ਮਿਲ ਕੇ ਬਚਪਨ ਤੋਂ ਹੀ ਕਵਿਸ਼ਰੀਆਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਦੂਰੋਂ ਦੂਰੋਂ ਲੋਕ ਆ ਕੇ ਉਹਨਾਂ ਦੀਆਂ ਕਵਿਸ਼ਰੀਆਂ ਸੁਣਦੇ ਅਤੇ ਉਹਨਾਂ ਦੀ ਜਿਹੜੀ ਟੈਲੈਂਟ, ਉਹਨਾਂ ਦੀ ਗਾਇਕੀ ਬਾਰੇ ਵਾਹ ਵਾਹ ਕਰਦੇ। ਦੋਸਤੋ, ਹਰਭਜਨ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਉਹ ਤਿੰਨ ਭਰਾ ਨੇ। ਉਹਨਾਂ ਦੇ ਦੋ ਹੋਰ ਭਰਾ ਜਿਨ੍ਹਾਂ ਦੇ ਵਿੱਚ ਜਸ ਮਾਨ ਅਤੇ ਗੁਰਸੇਵਕ ਮਾਨ ਹਨ, ਅਤੇ ਉਹਨਾਂ ਦੀਆਂ ਤਿੰਨ ਭੈਣਾਂ ਨੇ। ਉਹਨਾਂ ਦੀ ਆਪਾਂ ਮੈਰਿਜ ਦੀ ਗੱਲ ਕਰੀਏ ਤਾਂ ਉਹਨਾਂ ਦੀ ਵਾਈਫ ਦਾ ਨਾਮ ਹਰਮਨਦੀਪ ਕੌਰ ਆ ਅਤੇ ਉਹਨਾਂ ਦੇ ਦੋ ਬੇਟੇ ਆ, ਆਕਾਸ਼ ਸਿੰਘ ਮਾਨ ਅਤੇ ਮੇਹਰ ਇੰਦਰ ਸਿੰਘ ਮਾਨ। ਜੇਕਰ ਆਪਾਂ ਮਾਨ ਸਾਹਿਬ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਕਿਹਨਾਂ ਤੋਂ ਪ੍ਰਭਾਵਿਤ ਆ? ਤਾਂ ਬਾਪੂ ਜੀ ਪਾਰਸ ਦੀ ਗੱਲ ਅਕਸਰ ਕਰਦੇ ਆ। ਬਾਪੂ ਜੀ ਪਾਰਸ ਕਿਹਾ ਕਰਦੇ ਸੀ ਕਿ ਥਕਾਵਟ ਅਤੇ ਬੇਰਾਮੀ ਦੀ ਸ਼ਿਕਾਇਤ ਕਦੇ ਨਹੀਂ ਕਰਨੀ ਅਤੇ ਆਰਾਮ ਦੀ ਇੱਛਾ ਕਦੇ ਨਹੀਂ ਕਰਨੀ, ਕਿਉਂਕਿ ਇਨਸਾਨ ਉਹੀ ਹੈ ਦੋਸਤੋ ਜੋ ਹਮੇਸ਼ਾ ਕੰਮ ਕਰਦਾ ਅਤੇ ਕੰਮ ਕਰਦਾ ਖੁਸ਼ ਰਹਿੰਦਾ। ਸੋ ਆਪਾਂ ਸਮਝ ਸਕਦੇ ਹਾਂ ਕਿ ਮਾਨ ਸਾਹਿਬ ਦੀ ਸੋਚ ਵੀ ਉਹਨਾਂ ਦੇ ਕੈਰੀਅਰ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਜ਼ਿਆਦਾ ਅਹਿਮ ਭੂਮਿਕਾ ਨਿਭਾਈ, ਉਹਨਾਂ ਦੀ ਵਧੀਆ ਸੋਚ ਨੇ। ਇਸ ਤੋਂ ਇਲਾਵਾ ਦੋਸਤੋ, ਜੇਕਰ ਆਪਾਂ ਗੱਲ ਕਰੀਏ ਮਾਨ ਸਾਹਿਬ ਦੇ ਜਿਹੜੇ ਬ੍ਰਦਰ ਆ ਗੁਰਸੇਵਕ ਮਾਨ, ਉਹ ਪਾਇਲਟ ਆ, ਉਹਨਾਂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਗੁਰਸੇਵਕ ਮਾਨ ਦੇ ਨਾਲ ਬਹੁਤ ਸਾਰੇ ਕਿੱਸੇ ਵੀ ਸ਼ੇਅਰ ਕੀਤੇ। ਉਹਨਾਂ ਨੇ ਸ਼ੇਅਰ ਕੀਤਾ ਕਿ ਜਦੋਂ ਗੁਰਸੇਵਕ ਮਾਨ ਨੂੰ ਐਜ਼ ਏ ਪਾਇਲਟ ਲਾਇਸੈਂਸ ਮਿਲਿਆ ਤਾਂ ਉਹ ਗੁਰਸੇਵਕ ਮਾਨ ਦੇ ਜਹਾਜ਼ ਉੱਪਰ ਬੈਠਣ ਵਾਲੀ ਪਹਿਲੀ ਸਵਾਰੀ ਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਥੋੜ੍ਹਾ ਡਰ ਵੀ ਲੱਗ ਰਿਹਾ ਸੀ, ਕਿਉਂਕਿ ਅੱਜ ਕੱਲ੍ਹ ਤਾਂ ਲੋਕ ਨਵੇਂ ਕਾਰ ਡਰਾਈਵਰ ਦੇ ਨਾਲ ਬੈਠਣ ਤੋਂ ਵੀ ਝਿਜਕਦੇ ਆ। ਭਰਾ ਹੋਣ ਦੇ ਕਰਕੇ ਉਹਨਾਂ ਨੂੰ ਪਹਿਲੀ ਸਵਾਰੀ ਉਹਨਾਂ ਨੂੰ ਡਰ ਵੀ ਲੱਗ ਰਿਹਾ ਸੀ, ਪਰ ਉਹਨਾਂ ਨੇ ਜਹਾਜ਼ ਦੇ ਵਿੱਚ ਬੈਠ ਕੇ ਉਹਨਾਂ ਨਾਲ ਸਵਾਰੀ ਕੀਤੀ। ਸੋ ਸਮਝ ਸਕਦੇ ਹਾਂ ਕਿ ਦੋਹਾਂ ਭਰਾਵਾਂ ਦਾ ਬਹੁਤ ਜ਼ਿਆਦਾ ਪਿਆਰ ਆ। ਸਤਰੰਗੀ 1 ਅਤੇ ਸਤਰੰਗੀ 2 ਦੇ ਵਿੱਚ ਦੋਹਾਂ ਭਰਾਵਾਂ ਨੇ ਇਕੱਠੇ ਬਿਹਤਰੀਨ ਗੀਤ ਗਾਏ। ਸੋ ਦੋਸਤੋ, ਆਪਾਂ ਜੇਕਰ ਸਿੰਗਿੰਗ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਸਾਹਿਬ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ 1992 ਦੇ ਵਿੱਚ ਉਹਨਾਂ ਨੇ ਚਿੱਠੀਏ ਨਹੀਂ ਚਿੱਠੀਏ ਸੌਂਗ ਦੇ ਰਾਹੀਂ ਆਪਣੀ ਬਿਹਤਰੀਨ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਹ ਕੁਝ ਟਾਈਮ ਲਈ ਕੈਨੇਡਾ ਚਲੇ ਗਏ ਅਤੇ 1999 ਦੇ ਵਿੱਚ ਉਹ ਹੋਏ ਐਲਬਮ ਦੇ ਨਾਲ ਵਾਪਸੀ ਕੀਤੀ। ਇਹ ਐਲਬਮ ਉਹਨਾਂ ਦੀ ਬਿਹਤਰੀਨ ਰਹੀ। ਇਸ ਦਾ ਸੌਂਗ ਗੱਲਾਂ ਗੋਰੀਆਂ ਦੇ ਵਿੱਚ ਟੋਏ, ਅਸੀਂ ਮਰ ਗਏ ਨਹੀਂ ਹੋਏ ਹੋਏ, ਦਰਸ਼ਕਾਂ ਨੇ ਖੂਬ ਪਸੰਦ ਕੀਤਾ, ਪਿਆਰ ਦਿੱਤਾ। ਹਰਭਜਨ ਮਾਨ ਸਾਹਿਬ ਨੇ ਪੰਜਾਬੀ ਸਿਨੇਮੇ ਨੂੰ ਇੱਕ ਨਵਾਂ ਜਨਮ ਦਿੱਤਾ। ਉਹਨਾਂ ਦੀ ਜਿਹੜੀ ਮੂਵੀ ਸੀ ਜੀ ਆਇਆਂ ਨੂੰ, ਉਸ ਨੇ ਪੰਜਾਬੀ ਸਿਨੇਮੇ ਦੀ ਰੂਪ ਰੇਖਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਸ ਤੋਂ ਬਾਅਦ ਪੰਜਾਬੀ ਸਿਨੇਮੇ ਨੂੰ ਪੂਰੀ ਦੁਨੀਆ ਦੇ ਵਿੱਚ ਪਸੰਦ ਕੀਤਾ ਗਿਆ। ਜੋ ਪੁਰਾਣਾ ਪੰਜਾਬੀ ਸਿਨੇਮਾ ਸੀ ਉਸ ਨੂੰ ਪੂਰੀ ਤਰ੍ਹਾਂ ਚੇਂਜ ਕਰਕੇ ਪ੍ਰੋਫੈਸ਼ਨਲ ਇੱਕ ਵੱਖਰੀ ਲੁੱਕ ਦਿੱਤੀ, ਇੱਕ ਬਾਲੀਵੁੱਡ ਅਤੇ ਹੋਲੀਵੁੱਡ ਵਰਗੀ ਲੁੱਕ ਹਰਭਜਨ ਮਾਨ ਸਾਹਿਬ ਦੀ ਦੇਣ ਆ। ਦੋਸਤੋ, ਉਹਨਾਂ ਦੀ ਆਪਾਂ ਮੂਵੀਜ਼ ਦੀ ਗੱਲ ਕਰੀਏ ਤਾਂ ਮਿੱਟੀ ਆਵਾਜ਼ਾਂ ਮਾਰਦੀ, ਮੇਰਾ ਪਿੰਡ, ਜੱਗ ਜਿਉਂਦਿਆਂ ਦੇ ਮੇਲੇ ਅਤੇ ਹੀਰ ਰਾਂਝਾ ਮੂਵੀਜ਼ ਉਹਨਾਂ ਦੀਆਂ ਬਾਲੀਵੁੱਡ ਦੇ ਵਿੱਚ ਅੱਜ ਵੀ ਰਿਕਾਰਡ ਆ ਉਹਨਾਂ ਦੀ ਮੂਵੀਜ਼ ਦਾ। ਮੂਵੀਜ਼ ਤੋਂ ਬਾਅਦ ਉਹਨਾਂ ਨੇ 2013 ਦੇ ਵਿੱਚ ਫਿਰ ਤੋਂ ਇੱਕ ਵਾਰ ਸਤਰੰਗੀ ਪੀਂਘ ਦੇ ਨਾਲ ਆਪਣੇ ਭਰਾ ਗੁਰਸੇਵਕ ਮਾਨ ਦੇ ਨਾਲ ਕਦਮ ਰੱਖਿਆ। ਸੋ ਉਹਨਾਂ ਨੇ ਕਹਿ ਸਕਦੇ ਹਾਂ ਜ਼ਿੰਦਗੀ ਦੇ ਵਿੱਚ ਜੋ ਵੀ ਕੀਤਾ ਦਰਸ਼ਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ। ਦੋਸਤੋ, ਆਪਾਂ ਹਰਭਜਨ ਮਾਨ ਦੇ ਲਈ
लास्ट में यही दुआ करांगे कि वह इस तरह अपनिया वधिया वधिया मूवीज़ द्वारा ते सोंग्स द्वारा अपना एंटरटेनमेंट करते रहन। सो थैंक यू सो मच दोस्तों वीडियो वाच करने के लिए। इस तो अलावा दोस्तों जेकर तुसी अपना चैनल सबसक्राइब नहीं किया तो तुसी रेड बटन ते क्लिक करके सबसक्राइब जरूर कर लो ताकि थोनू नैक्सट वीडियो मिल सकन। थैंक यू सो मच।